ਖਬਰ ਹਿਮਾਚਲ ਪ੍ਰਦੇਸ਼ ਦੇ ਮਨਾਲੀ ਤੋਂ 20 ਕਿਲੋਮੀਟਰ ਅੱਗੇ ਸ਼ਿਲੌਂਗ ਵੈਲੀ ਤੋਂ ਹੈ, ਜਿੱਥੇ ਪਹਾੜੀ ਲੋਕਾਂ ਵੱਲੋਂ ਡਾਂਗਾਂ, ਸੋਟੇ ਤੇ ਰਾਡਾਂ ਨਾਲ ਲੈਸ ਹੋ ਕੇ ਸਿੱਖ ਪਰਿਵਾਰ ਤੇ ਹਮਲਾ ਕੀਤਾ ਗਿਆ। ਇੱਥੋਂ ਤੱਕ ਕਿ ਬੀਬੀਆਂ ਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਇਹ ਸਾਰੀ ਘਟਨਾ ਬਾਰੇ ਇਸ ਵੀਰ ਨੇ ਕੁਝ ਵਿਚਾਰ ਸਾਂਝੇ ਕੀਤੇ ਹਨ, ਜ਼ਰੂਰ ਸੁਣੋ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਮੈਂ ਰਣਜੀਤ ਸਿੰਘ ਅੰਮ੍ਰਿਤਸਰ ਤੋਂ ਹਾਂ ਜੀ। ਇਸ ਟਾਈਮ ਮੈਂ ਮਨਾਲੀ ਤੋਂ ਵਾਪਸ ਆ ਰਿਹਾ ਘੁੰਮ ਕੇ। ਅਸੀਂ ਆਪਣੇ ਸੱਜਣਾ ਮਿੱਤਰਾਂ ਨਾਲ ਗਏ ਸੀ, ਕੱਲ੍ਹ ਅਸੀਂ ਸ਼ਿਲੌਂਗ ਵੈਲੀ ਘੁੰਮਣ ਗਏ ਅਤੇ ਉੱਥੋਂ ਅਸੀਂ ਕੋਈ ਕਰੀਬ 4 ਵਜੇ ਦਾ ਟਾਈਮ ਹੋਏਗਾ ਸੀ ਜਦੋਂ ਉੱਥੋਂ ਨਿਕਲੇ ਵਾਪਸ। ਅਤੇ ਸਾਨੂੰ ਉੱਥੇ ਪਹੁੰਚ ਕੇ ਪਤਾ ਲੱਗਾ, ਮਾਲ ਰੋਡ 'ਤੇ ਪਹੁੰਚ ਕੇ ਪਤਾ ਲੱਗਾ ਕਿ ਪਿੱਛੇ ਕੋਈ ਝਗੜਾ ਹੋਇਆ। ਅਤੇ ਅਸੀਂ ਜਦੋਂ ਸਾਨੂੰ ਜਦੋਂ ਪਤਾ ਲੱਗਾ ਕਿ ਕਿਸੇ ਸਿੱਖ ਪਰਿਵਾਰ ਦਾ ਕੋਈ ਲੜਕਾ ਸੀ, ਉਹਦਾ ਝਗੜਾ ਉੱਥੇ ਹੋਇਆ ਕਿਸੇ ਉਹਨਾਂ ਨਾਲ ਜਿਹੜੇ ਉੱਥੇ ਰਾਫਟਿੰਗ ਵਗੈਰਾ ਕਰਵਾਉਂਦੇ ਨੇ ਜਾਂ ਰਾਈਡਸ ਕਰ ਦਿੰਦੇ ਨੇ। ਅਤੇ ਇੱਕ ਜਣੇ ਨਾਲ ਝਗੜਾ ਸੀ ਅਤੇ ਉਹਨਾਂ ਨੇ ਸਾਰੇ ਜਿਹੜੇ ਇੱਥੇ ਪਹਾੜੀਏ ਹੈਗੇ ਨੇ, ਸਾਰੇ ਹਿਮਾਚਲ ਦੇ ਵੀਰ ਮੇਰੇ ਹੈਗੇ ਨੇ ਜਿਹੜੇ, ਉਹਨਾਂ ਨੇ 80-90 ਬੰਦਿਆਂ ਨੇ ਇਕੱਠੇ ਹੋ ਕੇ ਸਾਰੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ ਜਿਹੜੇ ਵੀ ਹੈਗੇ ਸੀ। ਉਹਨਾਂ ਨੇ ਵੇਖਿਆ ਕਿ ਜਿਹਨੇ ਵੀ ਪੱਗ ਬੰਨ੍ਹੀ ਹੋਈ ਹੈ ਅਤੇ ਉਹਨੂੰ ਕੁੱਟਿਆ, ਉਹਨਾਂ ਦੀਆਂ ਬੁੱਢੀਆਂ ਨੂੰ ਵੀ ਕੁੱਟਿਆ ਗਿਆ, ਉਹਨਾਂ ਦੇ ਬੱਚਿਆਂ ਨੂੰ ਵੀ ਕੁੱਟਿਆ ਗਿਆ। ਅਤੇ ਵੀਰੋ ਮੈਂ ਕਹਿੰਦਾ ਕਿ ਅਗਰ ਕਿਸੇ ਦਾ ਝਗੜਾ ਹੋ ਵੀ ਗਿਆ ਅਤੇ ਦੋ ਬੰਦਿਆਂ ਦਾ ਝਗੜਾ ਹੈ ਅਤੇ ਦੋ ਬੰਦਿਆਂ ਦੇ ਝਗੜੇ ਦੇ ਵਿੱਚ ਸਾਰਿਆਂ ਨੂੰ ਨਹੀਂ ਲਪੇਟਣਾ ਚਾਹੀਦਾ, ਇਹਦੇ ਨਾਲ ਗਲਤ ਪ੍ਰਭਾਵ ਪੈਂਦਾ। ਸਿੱਖ ਕੌਮ ਹਮੇਸ਼ਾ ਹੀ ਦੀਨ ਦੁਖੀਆਂ ਦੇ ਨਾਲ ਖੜਦੀ ਰਹੀ ਹੈ, ਗਰੀਬ ਗੁਰਬੇ ਦੀ ਮਦਦ ਕਰਦੀ ਰਹੀ ਹੈ, ਹਾਕਾਂ ਵਿੱਚ ਖੜਦੀ ਰਹੀ ਹੈ। ਅਗਰ ਸਿੱਖਾਂ ਉੱਤੇ ਹੀ ਹਮਲਾ, ਸਿੱਖ ਦੀ ਪੱਗ ਵੇਖ ਕੇ ਹਮਲਾ ਹੁੰਦਾ ਹੈ ਤਾਂ ਬਹੁਤ ਅਪਮਾਨਜਨਕ ਆ ਸਿੱਖ ਕੌਮ ਵਾਸਤੇ। ਸਿੱਖ ਕੌਮ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਇਹਨਾਂ ਲੋਕਾਂ ਵਾਸਤੇ ਇੰਨਾ ਕੁਝ ਕਰਦੇ ਹਾਂ, ਇਹਨਾਂ ਦੀਆਂ ਜਦੋਂ ਕੁਦਰਤੀ ਬਿਪਤਾਂ ਪੈਂਦੀਆਂ ਨੇ ਅਤੇ ਸਿੱਖ ਕੌਮ ਹਮੇਸ਼ਾ ਹੀ ਅੱਗੇ ਆਉਂਦੀ ਹੈ, ਪਰ ਇਹ ਲੋਕ ਕਦੀ ਸਿੱਖ ਕੌਮ ਦੀ ਇੱਜ਼ਤ ਨਹੀਂ ਕਰਦੇ ਹੈਗੇ। ਜਦੋਂ ਇਹਨਾਂ ਨੂੰ ਮਤਲਬ ਹੁੰਦਾ ਹੈ ਅਤੇ ਹੱਥ ਜੋੜਦੇ ਨੇ, ਅਤੇ ਜਦੋਂ ਮਤਲਬ ਨਿਕਲ ਜਾਂਦਾ ਹੈ ਅਤੇ ਹੱਥ ਤੋੜਦੇ ਨੇ ਸਾਡੇ। ਵੀਰੋ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ, ਅਸੀਂ ਇੱਕ ਮੁਹਿੰਮ ਸ਼ੁਰੂ ਕਰੀਏ ਕਿ ਅਸੀਂ ਆਪਣੀ ਇੱਜ਼ਤ ਕਿੱਦਾਂ ਬਚਾਉਣੀ ਹੈ। ਅਸੀਂ ਇੱਥੇ ਪਹਾੜਾਂ ਵਿੱਚ ਘੁੰਮਣ ਆਉਂਦੇ ਹਾਂ, ਇੱਕ ਇੱਕ ਬੰਦਾ 10-10, 20-20 ਹਜ਼ਾਰ ਰੁਪਇਆ ਖਰਚ ਕੇ ਜਾਂਦਾ ਇੱਥੇ, ਅਰਬਾਂ ਰੁਪਏ ਦਾ ਇੱਥੇ ਟੂਰਿਜ਼ਮ ਹੁੰਦਾ ਹੈ। ਅਰਬਾਂ ਰੁਪਏ ਦਾ ਟੂਰਿਜ਼ਮ ਹੋਣ ਦੇ ਬਾਵਜੂਦ ਸਾਨੂੰ ਇਹ ਇੱਜ਼ਤ ਨਹੀਂ ਦਿੰਦੇ, ਸਾਨੂੰ ਨਫ਼ਰਤ ਦੀ ਨਿਗਾਹ ਦੇ ਨਾਲ ਵਹਿੰਦੇ ਨੇ। ਅਸੀਂ ਇੱਕ ਮੁਹਿੰਮ ਸ਼ੁਰੂ ਕਰਨਾ ਚਾਹੁੰਦੇ ਹਾਂ। ਮੈਂ ਅੱਜ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਿਰਫ 2 ਸਾਲ ਵਾਸਤੇ ਹਿਮਾਚਲ ਨਾ ਆਓ। ਇਹਨਾਂ ਲੋਕਾਂ ਨੂੰ ਪਤਾ ਲੱਗ ਜੇ ਕਿ ਪੰਜਾਬ ਦਾ ਕਿੰਨਾ ਯੋਗਦਾਨ ਆ, ਸਿੱਖਾਂ ਦਾ ਕਿੰਨਾ ਯੋਗਦਾਨ ਹੈ ਤੁਹਾਡੇ ਹਿਮਾਚਲ ਦੀ ਤਰੱਕੀ ਵਾਸਤੇ। ਸਿਰਫ ਵੀਰੋ ਇੱਕ ਬੇਨਤੀ ਹੈਗੀ ਕਿ 2 ਸਾਲ ਵਾਸਤੇ ਤੁਸੀਂ ਹਿਮਾਚਲ ਨਹੀਂ ਆਉਣਾ, ਇਹਨਾਂ ਦਾ ਟੂਰਿਜ਼ਮ ਘਟੇਗਾ, ਇਹਨਾਂ ਲੋਕਾਂ ਨੂੰ ਅਕਲ ਆਏਗੀ। ਅਤੇ ਇੱਥੋਂ ਦੀ ਸਰਕਾਰ ਇੱਥੋਂ ਦਾ ਬਿਲਕੁਲ ਕੁਝ ਨਹੀਂ ਕਰਦੀ, ਇਹਨਾਂ ਦੇ ਆਪਣੇ ਲੋਕਾਂ ਦੇ ਹੱਕ ਵਿੱਚ ਖੜਦੀ ਹੈ, ਪੁਲਿਸ ਇਹਨਾਂ ਦੀ, ਪ੍ਰਸ਼ਾਸਨ ਇਹਨਾਂ ਦਾ, ਕਿਸੇ ਨੂੰ ਇਨਸਾਫ਼ ਨਹੀਂ ਦਿੰਦੇ। ਸਾਨੂੰ ਇਹ ਹਿੰਦੁਸਤਾਨੀ ਹੋਣ ਦਾ ਅਹਿਸਾਸ ਹੀ ਨਹੀਂ ਹੋਣ ਦਿੰਦੇ। ਸੋ ਵੀਰੋ ਮੇਰੀ ਬੇਨਤੀ ਹੈ ਕਿ ਸਿਰਫ 2 ਸਾਲ ਵਾਸਤੇ ਹੁਣ ਨਾ ਆਇਓ ਮਨਾਲੀ, ਹੁਣ ਨਾ ਆਇਓ ਡਲਹੌਜ਼ੀ, ਸਿਰਫ 2 ਸਾਲ ਛੱਡ ਦਿਓ, ਬਾਅਦ 'ਚ ਆਇਓ, ਇਹਨਾਂ ਨੂੰ 2 ਸਾਲ 'ਚ ਅਕਲ ਆਜੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਬਹੁਤ ਸਾਰੇ ਲੋਕ ਹਿਮਾਚਲ ਪ੍ਰਦੇਸ਼ ਦੇ ਮਨਾਲੀ, ਕੁੱਲੂ ਆਦਿ ਥਾਵਾਂ 'ਤੇ ਘੁੰਮਣ ਜਾਂਦੇ ਨੇ, ਪਰ ਇੱਥੋਂ ਦੇ ਲੋਕਾਂ ਵਿੱਚ ਪੰਜਾਬੀਆਂ ਖਿਲਾਫ, ਸਿੱਖਾਂ ਖਿਲਾਫ ਜੋ ਨਫ਼ਰਤ ਭਰੀ ਹੈ ਉਸ ਦਾ ਸਬੂਤ ਹੈ ਇਹ ਘਟਨਾ। ਸੋ ਇਸ ਵੀਰ ਦੀਆਂ ਦਿੱਤੀਆਂ ਵਿਚਾਰਾਂ ਨੂੰ ਜ਼ਰੂਰ ਧਿਆਨ 'ਚ ਰੱਖਿਆ ਜਾਵੇ ਅਤੇ ਅਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਣੀ ਚਾਹੀਦੀ ਹੈ।